ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡਾਈ ਲੈ ਕੇ ਹਾਜ਼ਰ ਹਾਂ ਜੀ। ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ੍ਹ ਸੁੱਕਿਆਂ ਮੁਰਝਾਉਂਦੇ, ਬਾਕੀ ਕੁੱਲ ਦੁਨੀਆ ਦੇ ਬੂਟੇ ਜੜ੍ਹ ਸੁੱਕਿਆਂ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਵੇ, ਐ ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਵੇ। ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹ ਸਤਰਾਂ ਮਾਂ ਦੇ ਰਿਸ਼ਤੇ ਦੀ ਪਵਿੱਤਰਤਾ ਅਤੇ ਮਹਾਨਤਾ ਨੂੰ ਬਾ ਕਮਾਲ ਪੇਸ਼ ਕਰਦੀਆਂ ਹਨ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਦਰ ਡੇ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਜੀ। ਔਰ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਐਡਮਿੰਟਨ ਸ਼ਹਿਰ ਦੀਆਂ ਦੋ ਮਕਬੂਲ ਗਾਇਕਾਵਾਂ। ਸਭ ਤੋਂ ਪਹਿਲਾਂ ਮੇਰੇ ਨਾਲ ਨੇ ਹਰਮਨਦੀਪ ਜੀ ਅਤੇ ਨਾਲ ਨੇਹਾ ਬਤਰਾ ਜੀ। ਆਪ ਦੋਨਾਂ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ ਥੈਂਕ ਯੂ ਜੀ। ਮਨਜੀਤ ਜੀ ਸ਼ੁਕਰੀਆ। ਜਿਵੇਂ ਕਿ ਆਪਾਂ ਜ਼ਿਕਰ ਕੀਤਾ ਮਦਰ ਡੇ, ਇਸ ਬਾਰੇ ਅੱਜ ਚਰਚਾ ਕਰਾਂਗੇ। ਤੁਸੀਂ ਖੁਦ ਸਿੰਗਰ ਹੋਣ ਦੇ ਨਾਲ ਪਤਨੀ ਵੀ ਜੇ, ਮਾਂ ਵੀ ਜੇ, ਸੋ ਮਾਂ ਦੇ ਰੋਲ ਦੀ ਮਹੱਤਤਾ ਕੀ ਆ, ਖਾਸ ਕਰਕੇ ਮਦਰ ਡੇ ਦੇ ਪੁਆਇੰਟ ਆਫ ਵਿਊ ਨਾਲ? ਹਾਂਜੀ, ਮਾਂ ਦੀ ਮਹੱਤਤਾ ਮੇਰੇ ਖਿਆਲ ਮਾਂ ਸਮਝ ਸਕਦੀ ਹੈ ਜਾਂ ਧੀ ਸਮਝ ਸਕਦੀ ਹੈ। ਬਾਕੀ ਜਿਹੜਾ ਮਹੱਤਤਾ ਦੀ ਗੱਲ ਕਰਦੇ ਹੈਗੇ ਹੋ, ਜਿੱਦਾਂ ਕਿ ਵੈਸੇ ਤਾਂ ਹਰ ਪਲ ਹੀ ਮਾਂ ਦਾ ਹੈ। ਆਪਾਂ ਸੋਚਦੇ ਹੁੰਦੇ ਹਾਂ ਕਿ ਮਦਰਸ ਡੇ ਆ ਗਿਆ ਜੀ, ਸਾਲ ਬਾਅਦ ਇੱਕ ਦਿਨ ਮਨਾ ਲਿਆ, ਅਤੇ ਆਪਾਂ ਨੂੰ ਤਾਂ ਪਲ ਪਲ ਸਾਹ ਸਾਹ ਇੱਕ ਇੱਕ ਸਾਹ ਜਦੋਂ ਲੈਂਦੇ ਹਾਂ ਆਪਾਂ ਮਾਂ ਦੇ ਨਾਲ ਹੀ ਹੁੰਦਾ ਜੀ। ਪਰ ਇਹ ਹੁੰਦਾ ਕਿ ਜਿੱਦਾਂ ਕਿ ਰੁਝੇਵੇਂ ਇਸ ਟਾਈਮ ਜੋ ਚੱਲ ਰਿਹਾ ਹੈ ਨਾ, ਇੰਨੀ ਬਿਜ਼ੀ ਲਾਈਫ ਹੈਗੀ, ਉਹਦੇ ਵਿੱਚ ਮੇਰੇ ਖਿਆਲ ਮਦਰਸ ਡੇ ਤਾਂ ਸ਼ਾਇਦ ਮਨਾਇਆ ਜਾਂਦਾ ਹੋਵੇ ਕਿ ਉਹ ਇੱਕ ਦਿਨ ਸਪੈਸ਼ਲ ਇਹੋ ਜਿਹਾ ਹੁੰਦਾ ਕਿ ਜਦੋਂ ਕਿ ਸਾਰੇ ਬੱਚੇ ਇਕੱਠੇ ਹੋਣ ਜਾਂ ਸਪੈਸ਼ਲ ਮਾਂ ਦੀ ਗੱਲ ਕੀਤੀ ਜਾਵੇ ਉਸ ਦਿਨ। ਪਰਟੀਕੁਲਰਲੀ ਲੱਗਦਾ ਮੈਨੂੰ ਕਿਉਂਕਿ ਵੈਸਟਰਨ ਕਲਚਰਸ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਜਿਹੜੇ ਖਾਸ ਕਰਕੇ ਗੋਰੇ ਨੇ, ਹਾਂਜੀ, ਉਹ ਕੁਝ ਪਰਟੀਕੁਲਰ ਡੇਜ਼ ਹੁੰਦੇ ਜਦੋਂ ਫੈਮਿਲੀਜ਼ ਯੂਨਾਈਟ ਹੁੰਦੀਆਂ ਨੇ। ਹਾਂਜੀ, ਪਰ ਆਪਣੇ ਕਲਚਰ ਦੇ ਵਿੱਚ ਤਾਂ ਮੈਨੂੰ ਲੱਗਦਾ ਜੀ ਮਾਂ ਦਿਵਸ ਜਿਹੜਾ ਵਾ ਮਾਂ ਦਿਹਾੜਾ ਰੋਜ਼ ਹੀ ਹੁੰਦਾ, ਤੇ ਮਾਂ ਤੋਂ ਬਗੈਰ ਤਾਂ ਦਿਨ ਹੀ ਨਹੀਂ ਚੜ੍ਹਦਾ ਜੀ। ਜੀ ਜੀ, ਤੁਹਾਡੇ ਸੱਟ ਲੱਗ ਜੇ ਤਾਂ ਮਾਂ ਹੀ ਯਾਦ ਆਉਂਦੀ ਹੈ, ਹਾਏ ਮਾਂ, ਹਾਏ ਮਾਂ, ਜੀ ਜੀ, ਜੇ ਖੁਸ਼ੀ ਹੁੰਦੀ ਹੈ ਤਾਂ ਮਾਂ, ਜੇ ਰੋਣ ਆਉਂਦਾ ਤਾਂ ਮਾਂ, ਹੈ ਨਾ? ਬਿਲਕੁਲ ਬਿਲਕੁਲ। ਤੇ ਆਪਣਾ ਤਾਂ ਜੀ ਰੋਜ਼ ਹੀ ਮਦਰਸ ਡੇ ਹੁੰਦਾ, ਇਹ ਆਪਾਂ ਕਹਿ ਸਕਦੇ ਹਾਂ ਵੀ ਗੋਰਿਆਂ ਲਈ ਸਪੈਸ਼ਲ। ਚਲੋ ਉਹ ਫੈਮਿਲੀਆਂ ਅੱਡ ਅੱਡ ਹੋ ਜਾਂਦੀਆਂ ਨੇ, ਕਈ ਰਿਸ਼ਤੇ ਬਣ ਜਾਂਦੇ ਆ, ਜੀ ਜੀ, ਕਈ ਮਾਵਾਂ ਕਈ ਪਿਓ, ਆਪਣੇ ਉਹ ਚੀਜ਼ ਨਹੀਂ ਹੈਗੀ ਨਾ, ਆਪਣੇ ਤਾਂ ਮਦਰਸ ਡੇ ਰੋਜ਼ ਹੀ ਆ। ਬਿਲਕੁਲ। ਤੇ ਨੇਹਾ ਜੀ, ਅਗਲਾ ਸਵਾਲ ਤੁਹਾਡੇ ਕੋਲ ਆ ਕਿ ਜਿਵੇਂ ਕਹਿ ਦਿੰਦੇ ਆ ਕਿ ਮਾਂ ਦਾ ਜਿਹੜਾ ਰਿਸ਼ਤਾ ਵਾ ਇਹ ਬਾਕੀ ਸਾਰੇ ਰਿਸ਼ਤਿਆਂ ਨੂੰ ਪੂਰਕ ਕਰ ਸਕਦਾ, ਪੂਰਨ ਕਰ ਸਕਦਾ, ਪਰ ਅਗਰ ਕਿਤੇ ਮਾਂ ਦਾ ਰੋਲ ਕਿਸੇ ਹੋਰ ਨੂੰ ਪਲੇ ਕਰਨਾ ਪੈ ਜਾਵੇ ਤਾਂ ਔਖਾ ਲੱਗਦਾ। ਲੱਖ ਚਾਚੀਆਂ ਤਾਈਆਂ ਹੋਣ ਪਰ ਮਾਂ ਮਾਂ ਹੁੰਦੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਬਿਲਕੁਲ ਮੈਂ ਅਗਰੀ ਕਰਨੀ ਹਾਂ ਮਨਜੀਤ ਜੀ, ਕਿਉਂਕਿ ਜਿਵੇਂ ਆਪਾਂ ਵੇਖਦੇ ਹਾਂ ਔਰ ਕਹਿੰਦੇ ਵੀ ਹਾਂ ਕਿ ਇੱਕ ਪਿਆਰ ਹੈਗਾ ਦੁਨੀਆਂ 'ਚ ਜਿਹੜਾ ਨਿਸਵਾਰਥ ਹੁੰਦਾ ਆ, ਉਹ ਹੈਗਾ ਮਾਂ ਦਾ ਪਿਆਰ, ਹੈ ਨਾ? ਅਤੇ ਆਪਾਂ ਲਾਈਕ ਸੁਣਿਆ ਵੀ ਹੋਇਆ ਕਿ ਪਿਆਰ, ਜਿਵੇਂ ਕਹਿੰਦੇ ਪਿਆਰ ਅੰਨਾ ਹੁੰਦਾ ਆ, ਅਤੇ ਕਹਿੰਦੇ ਇੱਕ ਮਾਂ ਹੀ ਹੈਗੀ ਜਿਹੜੀ ਬਿਨਾਂ ਵੇਖੇ ਬੱਚੇ ਨੂੰ ਉਹ ਤੋਂ ਪਹਿਲਾਂ ਹੀ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ। ਉੱਦਾਂ ਆਪਾਂ ਲਾਈਕ ਜਿਵੇਂ ਮੁੰਡੇ ਕੁੜੀਆਂ ਆਪਸ 'ਚ ਕਹਿੰਦੇ ਨੇ ਲਵ ਇਜ਼ ਬਲਾਈਂਡ ਬਟ ਯੂ ਸੀ ਈਚ ਅਦਰ ਐਂਡ ਫਿਰ ਪਿਆਰ ਕਰਦੇ ਹੋ, ਬਟ ਇੱਕ ਮਾਂ ਹੈਗੀ ਜਿਹੜੀ ਬੱਚੇ ਪੈਦਾ ਹੋਣ ਤੋਂ ਪਹਿਲੇ ਹੀ ਉਹਨੂੰ ਜਿੰਨਾ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ ਉਹਨਾਂ ਕੋਈ ਲਾਈਫ 'ਚ ਨਹੀਂ ਕਰ ਸਕਦਾ। ਅਤੇ ਮੈਂ ਅਗਰੀ ਕਰਨੀ ਹਾਂ ਜੀ, ਇਟਸ ਡੈਫੀਨੇਟਲੀ ਵੈਰੀ ਟਰੂ, ਹਰ ਮਾਂ ਨੂੰ ਸਲਾਮ ਹੈ ਜੀ। ਹਰਮਨ ਜੀ, ਇੱਕ ਬੜੇ ਕਮਾਲ ਦੇ ਕਵੀ ਨੇ, ਕਮਾਲ ਦੀਆਂ ਸਤਰਾਂ ਲਿਖੀਆਂ ਨੇ। ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਹੁੰਦਾ। ਕਿਆ ਬਾਤ, ਸਹੀ ਗੱਲ ਹੈ ਜੀ, ਬਹੁਤ ਵਧੀਆ। ਅਤੇ ਇਸ ਬਾਬਤ ਕੀ ਸੋਚਦੇ ਤੁਸੀਂ, ਕਿੰਨੀ ਕੁ ਸੱਚਾਈ ਲੱਗਦੀ ਹੈ ਇਹਨਾਂ ਸਤਰਾਂ ਦੇ ਵਿੱਚ ਕਿ ਮਾਂ ਆਪਣੇ ਬੱਚੇ ਦੇ ਜਿਹੜੇ ਕਹਿ ਲਓ ਵੀ ਤਕਦੀਰ ਬਦਲਣ ਦੇ ਸਮਰੱਥ ਹੈਗੀ ਹੈ? ਹੈਗੀ ਹੈ ਜੀ, ਕਿਉਂਕਿ ਮਾਂ ਹੀ ਹੈ ਸਭ ਕੁਛ ਜੋ ਹੈ ਮੇਰੇ ਖਿਆਲ। ਆਪਾਂ ਸੋਚਦੇ ਹੁੰਦੇ ਹਾਂ ਕਿ ਲੜਕੀ ਜਦੋਂ ਵਿਆਹੀ ਜਾਂਦੀ ਹੈ ਉਸ ਤੋਂ ਬਾਅਦ ਮਾਂ ਦਾ ਸਫ਼ਰ ਸ਼ੁਰੂ ਹੁੰਦਾ, ਨਹੀਂ, ਉਹਦੇ 'ਚ ਮਮਤਾ ਨਾ ਰੱਬ ਨੇ ਜਦੋਂ ਲੜਕੀ ਜਨਮ ਲੈਂਦੀ ਆ, ਆਪ ਵਿਆਹ ਲਈ ਗੱਲ ਨਹੀਂ ਕਰਦੀ ਮੈਂ, ਪਹਿਲਾਂ ਹੀ ਉਹਦੀ ਉਹ ਗੁੱਡੀਆਂ ਪਟੋਲੇ ਖੇਡਣ ਲੱਗ ਜਾਂਦੀ ਆ। ਬਿਲਕੁਲ, ਹੈ ਨਾ? ਉਹਨੇ ਗੁੱਡੀ ਚੱਕੀ, ਕੋਈ ਡੋਲ ਚੱਕ ਕੇ, ਉਹਦੇ ਹੱਥ 'ਚ ਆਹ ਚੀਜ਼ ਹੁੰਦੀ ਹੈ ਨਾ, ਇੱਦਾਂ ਖੜਾਉਂਦੀ ਆ ਉਹਨੂੰ, ਕਿਤੇ ਉਹਨੂੰ ਦੁੱਧ ਪਿਆਉਂਦੀ ਹੈ, ਕਿਉਂਕਿ ਉਹ ਨੈਚੁਰਲ ਆ, ਕੱਪੜੇ ਬਦਲਦੀ, ਕੱਪੜੇ ਬਦਲਦੀ, ਸਿਰ ਆਉਂਦੀ ਹੈ, ਮਤਲਬ ਕਿ ਉਹ ਜੰਮਦੀ ਮਾਂ ਹੁੰਦੀ ਹੈ। ਬਿਲਕੁਲ, ਹੈ ਨਾ? ਜਿਹੜੀ ਉਹ ਮਾਂ ਦੇ ਅੰਸ਼ ਹੈ ਨਾ, ਉਹਦੇ ਵਿੱਚ ਉਹ ਜੰਮਦੀ ਨਹੀਂ ਹੁੰਦੇ, ਮਦਰਹੁੱਡ ਜਿਹੜਾ ਵਾ। ਹਾਂਜੀ, ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਪਿਓ ਵੀ ਮਾਂ ਬਣ ਜਾਂਦਾ ਹੁੰਦਾ, ਪਰ ਉਹ ਗੱਲ ਬਣਦੀ ਨਹੀਂ, ਜੋ ਮਰਜ਼ੀ ਕਰ ਲਓ ਨਹੀਂ ਬਣਦੀ। ਤਾਂ ਮੇਰਾ ਖਿਆਲ
ਮਾਂ ਤਾਂ ਆਖਰ ਮਾਂ ਹੁੰਦੀ ਹੈ, ਮਾਂ ਹੁੰਦੀ ਹੈ, ਮਾਂ ਦੁਨੀਆ ਵਾਲੇ, ਦੁਨੀਆ ਵਾਲੇ। ਹਾਂਜੀ, ਤੇ ਇੱਕ ਤੁਹਾਡੇ ਕੋਲੋਂ ਗੱਲਬਾਤ ਕਰਦੇ ਹਾਂ ਜੀ ਕਿ ਤੁਸੀਂ ਕੋਈ ਗੀਤ ਪੁਰਾਣਾ ਜੀ, ਕੋਈ ਮਕਬੂਲ ਗਾਇਕ ਦਾ ਕੋਈ ਮਾਂ ਦੇ ਉੱਪਰ ਹੋਵੇ ਨਿਰਧਾਰਿਤ, ਕੋਈ ਸਾਂਝਾ ਕਰਨਾ ਚਾਹੋ, ਜੇਕਰ ਦੋਨੋਂ ਤੁਸੀਂ ਭੈਣਾਂ ਇਕੱਠਾ ਗਾ ਲਓ ਤਾਂ ਮੈਂ ਕਹਿੰਦਾ ਮਾਹੌਲ ਬਣ ਜਾਏਗਾ ਜੀ। ਹਾਂਜੀ, ਮਾਮਾ ਤੁਤੀਆਂ। ਹਾਂਜੀ ਬਿਲਕੁਲ, ਚਲੋ ਹਾਂ, ਸੁਰਿੰਦਰ ਕੌਰ ਜੀ ਤੋਂ ਬੈਟਰ ਹੋ ਹੀ ਨਹੀਂ ਸਕਦਾ ਜੀ ਕਿਸੇ ਦਾ ਗੀਤ ਆਪਾਂ ਗਾ ਸਕਦੇ। ਮਾਮਾ ਤੇ ਧੀਆ ਰਲ ਬੈਠੀਆਂ ਨੀ ਮਾਏ ਕੋਈ, ਕਰਦੀਆਂ ਗੱਲੋੜੀਆਂ ਕਣਕਾਂ ਲੰਮੀਆਂ ਤੀਆਂ ਕਿਉਂ ਉਹ ਜੰਮੀਆਂ ਨੀ ਮਾਏ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਮੈਨੂੰ ਤਾਂ ਲੱਗਿਆ ਵੀ ਆਪਾਂ ਪੁਰਾਣੇ ਮਾਹੌਲ 'ਚ ਪਹੁੰਚ ਗਏ ਔਰ ਇਹ ਤੁਹਾਡੀ ਦੋਨਾਂ ਦੀ ਆਵਾਜ਼ ਦੇ ਵਿੱਚ ਇੰਨੀ ਇੱਕ ਸੁਰਤਾ ਸੀਗੀ ਕਿ ਲੱਗਦਾ ਸੀਗਾ ਵੀ ਕਿਆ ਬਾਤ ਆ, ਉਹੀ ਗੀਤ ਉਹੀ ਧੁਨ ਇਹਦੇ ਵਿੱਚ ਜਿਹੜਾ ਨਾ ਇਹ ਜਾਦੂ ਮਾਂ ਦੇ ਕਹਿ ਸਕਦੇ ਜੀ, ਇਹ ਗਾਣਾ ਹੈ ਹੀ ਇੱਦਾਂ ਦਾ ਕਿ ਮੇਰੇ ਖਿਆਲ ਮਾਂ ਦਾ ਜਿਹੜਾ ਰਿਸ਼ਤਾ ਜਾਂ ਮਾਂ ਦਾ ਕੋਈ ਦਿਹਾੜਾ ਮਨਾਇਆ ਜਾ ਰਿਹਾ, ਮਾਂ ਦਾ ਕੋਈ ਦਿਨ, ਇਸ ਗਾਣੇ ਤੋਂ ਬਗੈਰ ਸੰਪੂਰਨ ਨਹੀਂ ਹੁੰਦਾ, ਨਹੀਂ ਹੋ ਸਕਦਾ ਜੀ, ਨਹੀਂ ਹੋ ਸਕਦਾ। ਤੇ ਉਹੀ ਆ ਕਿ ਹਰ ਕੁੜੀ ਦੇ ਜਵਾਨ ਤੇ ਇਹ ਗਾਣਾ ਹੈਗਾ, ਹਾਲਾਂਕਿ ਆ ਸਾਡੀ ਪ੍ਰੈਕਟਿਸ ਥੋੜੀ ਸੀ ਇਸ ਦਾ। ਨਹੀਂ ਬਿਲਕੁਲ, ਪਤਾ ਵੀ ਤੁਸੀਂ ਹੁਣੇ ਆ ਕੇ ਸ਼ੁਰੂ ਕੀਤਾ ਔਰ ਬਹੁਤ ਵਧੀਆ ਲਵਾਇਆ ਦੋਨਾਂ ਨੇ ਤੁਸੀਂ, ਕਾਬਿਲੇ ਤਾਰੀਫ ਆ। ਤੇ ਹਰਮਨ ਜੀ, ਜਿਵੇਂ ਕਿ ਸਮਾਂ ਬਦਲਿਆ, ਹਾਂਜੀ, ਖਾਸ ਕਰਕੇ ਜਦੋਂ ਆਪਾਂ ਇੰਡੀਆ ਤੋਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਆ ਗਏ, ਔਰ ਇਸ ਸਮੇਂ ਦੌਰਾਨ ਮਾਂ ਦੇ ਧੀਆਂ ਵਿੱਚ ਜਾਂ ਬੱਚਿਆਂ ਦੇ ਵਿੱਚ ਜੋ ਰਿਸ਼ਤਿਆਂ ਦੇ ਵਿੱਚ ਚੇਂਜ ਆਈ ਆ, ਉਸ ਚੇਂਜ ਨੂੰ ਤੁਸੀਂ ਕੀ ਦੇਖਦੇ, ਕਿਵੇਂ ਮਹਿਸੂਸ ਕਰਦੇ ਕਿ ਮਾਂ ਦੇ ਰੋਲ ਦੇ ਵਿੱਚ ਵੀ ਕੋਈ ਚੇਂਜ ਆਈ ਹੈ? ਨਹੀਂ, ਮਾਂ ਦੇ ਰੋਲ ਦੇ ਵਿੱਚ ਚੇਂਜ ਆ ਨਹੀਂ ਸਕਦੀ, ਆਪਾਂ ਇਹ ਹੋ ਸਕਦਾ ਕਿ ਟਾਈਮ ਦੇ ਮੁਤਾਬਕ ਉੱਦਾਂ ਦਾ ਬਣਨਾ ਪੈਂਦਾ ਕਿ ਜਿਵੇਂ ਪਹਿਲਾਂ ਸਟਰੋਂਗ ਹੋਣਾ ਪੈਂਦਾ ਸੀ ਮਾਂ ਨੂੰ ਕਿ ਤੂੰ ਵਾਹ ਨਹੀਂ ਕੀਤਾ, ਉਹ ਨਹੀਂ ਕੀਤਾ, ਪਰ ਹੁਣ ਉਹਨੂੰ ਫਰੈਂਡ ਬਣ ਕੇ ਰਹਿਣਾ ਪੈਂਦਾ ਜੀ। ਮੇਰੇ ਖਿਆਲ ਹੁਣ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਗਈਆਂ, ਕਿਉਂਕਿ ਜੇ ਆਪਾਂ ਬੱਚੇ ਦੇ ਨਾਲ ਫਰੈਂਡ ਬਣ ਕੇ ਨਹੀਂ ਚੱਲਾਂਗੇ ਤਾਂ ਆਪਾਂ ਨੂੰ ਉਹਦੀ ਜੋ ਐਕਟੀਵਿਟੀ ਚੱਲ ਰਹੀ ਆਪਾਂ ਨੂੰ ਨਹੀਂ ਪਤਾ ਲੱਗਣਾ ਜੀ, ਔਰ ਚੇਂਜ ਹੋਣੀ। ਬਾਕੀ ਜਿਹੜੇ ਫਰਜ਼ ਹੈ ਮਾਂ ਦੇ, ਉਹ ਤਾਂ ਮਾਡਰਨ ਜ਼ਮਾਨੇ 'ਚ ਵੀ ਉਹੀ ਰਹਿਣੇ ਸੀ, ਰਹਿ ਹੈਗੇ ਆ, ਅਤੇ ਪਿੱਛੇ ਵੀ ਉਹੀ ਸੀ ਬਿਲਕੁਲ, ਕਿਉਂਕਿ ਕੀ ਹੁਣ ਕੀ ਇਹ ਥੋੜ੍ਹੀ ਹੈ ਕਿ ਮਾਂ ਹੁਣ ਕੇਅਰ ਨਹੀਂ ਕਰਦੀ, ਜਾਂ ਉਹਦੇ ਕੋਈ ਸੱਟ ਲੱਗ ਗਈ, ਉਹਨੂੰ ਭੁੱਖ ਲੱਗੀ, ਉਹਨੂੰ ਫੀਲ ਨਹੀਂ ਹੁੰਦਾ ਮਾਂ ਨੂੰ, ਰਿਸਪੋਂਸੀਬਿਲਟੀ 'ਚ ਫਰਕ ਪੈ ਗਿਆ ਕਿਤੇ ਨਾ ਕਿਤੇ। ਨਹੀਂ, ਰਿਸਪੋਂਸੀਬਿਲਟੀ 'ਚ ਫਰਕ ਮੈਨੂੰ ਨਹੀਂ ਲੱਗਦਾ, ਮੇਰੇ ਖਿਆਲ ਜ਼ਿਆਦਾ ਵੱਧ ਗਈ ਆ, ਹਰ ਕੋਈ ਦੀ ਆਪਣੀ ਆਪਣੀ ਸੋਚ ਆ ਜੀ। ਬਾਕੀ ਮਾਂ ਬਣੇ ਤੋਂ ਬਾਅਦ ਹੀ ਪਤਾ ਲੱਗਦਾ, ਮੁੰਡਿਆਂ ਨੂੰ ਨਹੀਂ ਪਤਾ। ਸਹੀ ਹੈ ਜੀ, ਪਰ ਵੇਖੋ ਜੀ, ਮਾਵਾਂ ਤਾਂ ਸਾਡੀਆਂ ਵੀ ਹੈਗੀਆਂ ਨੇ, ਅਸੀਂ ਫੀਲ ਤਾਂ ਕਰ ਹੀ ਸਕਦੇ ਹਾਂ ਮਾਂ ਦਾ ਪਿਆਰ। ਨਹੀਂ, ਕੁਛ ਮੈਨੂੰ ਲੱਗਦਾ ਮਾਂ ਤੇ ਧੀ ਦਾ ਰਿਸ਼ਤਾ ਇੱਕ ਅਲੱਗ ਹੁੰਦਾ, ਮੁੰਡੇ ਨਾਲ ਅਲੱਗ ਹੁੰਦਾ। ਠੀਕ ਹੈ, ਠੀਕ ਆ, ਹਾਂਜੀ, ਤੁਸੀਂ ਗਲਤ ਥੋੜ੍ਹੀ ਕਹਿਣਾ ਜੀ। ਦੇਖਾ ਜੀ, ਆਪਣੀ ਆਫ ਦੀ ਕੈਮਰਾ ਗੱਲਬਾਤ ਹੋ ਰਹੀ ਸੀ ਕਿ ਤੁਸੀਂ ਅਮੈਰੀਕਾ ਦੇ ਵਿੱਚ ਐਜ਼ ਏ ਸਟੂਡੈਂਟ ਰਹੇ ਜੀ, ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ, ਅਮੈਰੀਕਾ 'ਚ ਜਾਂ ਹੋਰ ਕਈ ਦੇਸ਼ਾਂ ਵਿੱਚ ਭਾਰਤ ਤੋਂ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਜੀ, ਆਪਣੀਆਂ ਮਾਵਾਂ ਤੋਂ ਦੂਰ ਹੁੰਦੇ ਨੇ, ਨੋ ਡਾਊਟ ਅੱਜ ਕੱਲ੍ਹ ਇਹੋ ਜਿਹੀ ਟੈਕਨੋਲੋਜੀ ਆ ਗਈ ਆ, ਵੀਡੀਓ ਕਾਲਸ ਹੋ ਸਕਦੀਆਂ ਨੇ, ਪਰ ਕਿਤੇ ਨਾ ਕਿਤੇ ਮਾਂ ਨੂੰ ਮਿਲਣ ਦੀ ਤਾਂਘ, ਤੜਪ ਅਤੇ ਜਿਹੜੀ ਕਮੀ ਆ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੈ, ਐਜ਼ ਏ ਸਟੂਡੈਂਟ ਤੁਸੀਂ ਕਿਵੇਂ ਫੀਲ ਕਰਦੇ ਜੀ? ਨਹੀਂ ਬਿਲਕੁਲ ਜੀ, ਜਦ ਐਜ਼ ਅ ਸਟੂਡੈਂਟ ਪਹਿਲੀ ਵਾਰ ਘਰੋਂ ਨਿਕਲੇ ਸੀ, ਇੱਕ ਤਾਂ ਮੰਮੀ ਮੇਰੇ ਉੱਦਾਂ ਹੀ ਬੜੇ ਬਹੁਤ ਪ੍ਰੋਟੈਕਟਿਵ ਹੈਗੇ, ਅਤੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਜਿਵੇਂ ਘਰੋਂ ਸਾਨੂੰ ਕਿਧਰੇ ਬਾਹਰ ਜਾਣ ਹੀ ਨਹੀਂ ਦਿੰਦੇ ਸੀ, ਖੇਡਣਾ ਵੀ ਮੇਰੀ ਨਜ਼ਰਾਂ ਦੇ ਸਾਹਮਣੇ ਹੋਣੇ ਚਾਹੀਦੇ ਬੱਚੇ ਹਮੇਸ਼ਾ, ਅਤੇ ਮੰਮਾ ਨੇ ਬਹੁਤ ਜ਼ਿਆਦਾ ਸਾਨੂੰ ਸ਼ੈਲਟਰ ਕਰਕੇ ਜਿਵੇਂ ਵੱਡਾ ਕੀਤਾ ਸੀ, ਦੈਨ 17 ਸਾਲ ਦੀ ਉਮਰ 'ਚ ਇੱਕਦਮ ਹੀ ਘਰੋਂ ਸਿੱਧਾ US ਪਹੁੰਚ ਕੇ, ਅਤੇ ਜਿਵੇਂ ਕਹਿ ਲਓ ਰੋਟੀ ਬਣਾਉਣੀ ਹਰ ਚੀਜ਼ 'ਚ ਮੰਮੀ ਦੀ ਯਾਦ ਆਉਂਦੀ ਸੀ, ਰਾਈਟ, ਇੱਥੇ ਤਾਂ ਜਿਵੇਂ ਕੁਛ ਗੁਆਚ ਗਿਆ, ਕੁਛ ਨਹੀਂ ਲੱਭਦਾ, ਮੰਮਾ ਕਿੱਥੇ ਆ, ਉਹ ਮੰਮਾ ਆ ਜਾਂਦੇ, ਇਹ ਰਿਹਾ ਜੀ, ਇਹ ਲਓ ਫੜ, ਉੱਥੇ ਜੀ ਸਾਰਾ ਕੁਛ ਆਪਣੀ ਰਿਸਪੋਂਸੀਬਿਲਟੀ ਹੈਗੀ ਸੀ, ਜਿਵੇਂ ਰੋਟੀ ਫੁਲਕੇ ਬਣਾਉਣੇ ਤਾਂ ਮੈਂ ਅੱਜ ਤੱਕ ਸਿੱਖ ਹੀ ਨਹੀਂ ਪਾਈ ਇਸ ਚੱਕਰ 'ਚ, ਕਿਉਂਕਿ ਮੈਂ ਜਦੋਂ ਕਾਲਜ ਗਈ ਉਸ ਟਾਈਮ ਸਬਜ਼ੀ ਵਗੈਰਾ ਬਣਾਉਣੀ ਤਾਂ ਸਿੱਖ ਲਈ, ਬਟ ਫੁਲਕੇ ਤਾਂ ਫਿਰ ਮਾਂ ਇਕੱਠੇ ਨਾਲ ਰਲ ਕੇ ਖੜੇ ਪਤਾ ਲੱਗਦਾ ਹੋਣਾ ਵੀ ਇਹ ਕਿਉਂ ਸੜਦੀਆਂ ਨੇ, ਇਹ ਆਟਾ ਹੀ ਨਹੀਂ ਗੁਣਿਆ ਜਾਂਦਾ ਸੀ, ਇਹ ਮੋਟੇ ਜਿਹੇ ਮੇਰੇ ਪੇਨ ਹੁੰਦੇ, ਮਾਂ ਦੇ ਘਰ ਹਾਂ ਹਾਂ, ਮਾਂ ਤਾਂ ਇੱਦਾਂ ਹੀ ਤਵੇ 'ਤੇ ਹੱਥ ਪਾ ਦਿੰਦੀ ਸੀ, ਫਿਰ ਹੀ ਪਤਾ ਲੱਗਦਾ ਸੀ, ਬਿਲਕੁਲ ਉਹ ਮਿਸ ਤਾਂ ਅੱਜ ਤੱਕ ਉਹ ਕਰ ਰਿਹਾ, ਕਿਉਂਕਿ ਫਿਰ ਮੁੜ ਕੇ ਘਰ ਜਾ ਕੇ ਰਹਿਣ ਦਾ ਮੌਕਾ ਹੀ ਨਹੀਂ ਮਿਲਿਆ, ਉਹਦੇ ਬਾਅਦ ਇੱਧਰ ਆ ਕੇ। ਅਤੇ ਫਿਰ ਮਲਕੀਤ ਸਿੰਘ ਜਿਹੜੇ ਪੰਜਾਬੀ ਸੰਗੀਤਕ ਦੁਨੀਆ ਦੇ ਕਹਿ ਲਓ ਪੋਪ ਸਟਾਰ ਸੀਗੇ, ਉਹਨਾਂ ਦਾ ਇੱਕ ਗੀਤ ਸੀਗਾ, ਉਹ ਫਿਰ ਪੂਰਾ ਯਾਦ ਆਉਂਦਾ ਹੋਣਾ ਜੀ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਚਿੱਤ ਕਰਦਾ, ਬਿਲਕੁਲ ਮੈਨੂੰ ਖੁਦ ਯਾਦ ਆ ਜੀ, ਮੈਂ ਪਹਿਲੀ ਵਾਰ ਜਦੋਂ ਜੋਬ ਦੇ ਚੱਕਰ 'ਚ ਘਰੋਂ ਬਾਹਰ ਰਿਹਾ, ਅਤੇ ਨੈਚੁਰਲੀ ਹੁਣ ਰੋਟੀਆਂ ਤਾਂ ਪਕਾਉਣੀਆਂ ਪੈਣੀਆਂ ਸੀ, ਉਦੋਂ ਇਹ ਗਾਣਾ ਮੈਂ ਰਿਪੀਟਲੀ ਸੁਣਦਾ ਹੁੰਦਾ ਸੀਗਾ, ਨਾਲੇ ਰੋਟੀਆਂ ਪਕਾਉਣੀਆਂ ਅਤੇ ਨਾਲੇ ਗਾਣਾ ਸੁਣਨਾ, ਅਤੇ ਵਾਕਈ ਮਾਂ ਦਾ ਪਿਆਰ ਇਹੋ ਜਿਹਾ ਵਾ, ਉਹ ਹਰ
ਤੁਹਾਨੂੰ ਜ਼ਿੰਦਗੀ ਦੇ ਲੈਵਲ ਤੇ ਬਚਪਨ ਤੋਂ ਲੈ ਕੇ ਅਖੀਰ ਤੱਕ ਯਾਦ ਆ ਕੁਛ ਕਹਿਣਾ ਜੀ ਹਾਂਜੀ ਬਿਲਕੁਲ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਮੰਮੀ ਜਦ ਛੱਡਣ ਆਏ ਸੀ ਸਾਨੂੰ ਕਿਉਂਕਿ ਮੈਨੂੰ ਐਰੀਜ਼ੋਨਾ ਛੱਡ ਕੇ ਗਏ ਸੀ ਅਤੇ ਉੱਥੇ ਜਦ ਏਅਰਪੋਰਟ 'ਤੇ ਮੁੜ ਕੇ ਮੰਮਾ ਜਾ ਰਹੇ ਸੀ ਅਤੇ ਮੈਨੂੰ ਕਹਿੰਦੇ ਇੱਕ ਗੱਲ ਕਹਿੰਦੇ ਹੁਣ ਮੈਂ ਤੈਨੂੰ ਨਾ ਸਮੁੰਦਰ 'ਚ ਛੱਡ ਕੇ ਜਾ ਰਹੀ ਹਾਂ ਹੁਣ ਤੂੰ ਤਰਨਾ ਹੈ ਤੂੰ ਆਪ ਤਰਨਾ ਜੇ ਤੂੰ ਡੁੱਬਣਾ ਹੈ ਤਾਂ ਆਪ ਡੁੱਬਣਾ ਜੋ ਕੁਛ ਆਪਾਂ ਸਿਖਾਇਆ ਉਹ ਫਿਰ ਉਹ ਵੈਲਿਊਜ਼ ਜਿਹੜੀਆਂ ਸਿਖਾਈਆਂ ਸੀ ਇੰਨੇ ਸਾਲਾਂ ਦੀਆਂ ਉਹ ਸਾਨੂੰ ਫਿਰ ਅਪਲਾਈ ਕਰਨੀ ਸੀ ਹਰ ਮੋੜ 'ਤੇ ਹਰ ਸਿਚੁਏਸ਼ਨ 'ਤੇ ਅਤੇ ਉਹ ਫਿਰ ਮੋਮ ਦੀ ਸਿਖਲਾਈ ਨੇ ਅੱਜ ਤੱਕ ਇੱਥੇ ਪਹੁੰਚਾਇਆ ਜੀ ਬਿਲਕੁਲ ਜੀ ਇਹ ਮਾਵਾਂ ਦਾ ਪਿਆਰ ਹੁੰਦਾ ਆਸ਼ੀਰਵਾਦ ਹੁੰਦਾ ਉਹਨਾਂ ਦੀ ਗਾਈਡੈਂਸ ਹੁੰਦੀ ਆ ਸੂਝ ਬੂਝ ਜਿਹੜੀ ਧਾਰੇ 'ਚ ਭਰੀ ਆ ਉਹੀ ਕੰਮ ਹੁੰਦੀ ਆ ਸੱਤ ਸਮੁੰਦਰੋਂ ਪਾਰ ਆ ਕੇ ਦੁਨੀਆਂ ਦੇ ਵਿੱਚ ਤੁਸੀਂ ਬੈਠੇ ਜੇ ਆਪੋ ਆਪਣੇ ਖੇਤਰਾਂ ਦੇ ਵਿੱਚ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਇੰਨੀ ਵਧੀਆ ਤਰੀਕੇ ਨਾਲ ਨਿਰਵਾਹ ਕਰ ਰਹੇ ਜੇ ਸਲਾਮ ਆ ਜੀ ਤੁਹਾਨੂੰ ਅਤੇ ਇੱਕ ਤੁਹਾਡਾ ਗੀਤ ਆਇਆ ਸੀਗਾ 2020 ਦੇ ਵਿੱਚ ਸ਼ਾਇਦ ਜੀ ਮਾਂ ਜੀ ਅਤੇ ਕੁਝ ਬੋਲ ਉਹਦੇ ਸਾਂਝੇ ਹੋ ਜਾਣ ਜੀ ਫਿਰ ਹਾਂਜੀ ਬਿਲਕੁਲ ਉਹ ਐਕਚੁਲੀ ਕ੍ਰਿਸ਼ ਦੇ ਨਾਲ ਇੱਧਰ ਹੀ ਐਡਮਿੰਟਨ 'ਚ ਫਿਲਮਾਇਆ ਸੀ ਉਹਦੇ ਕੁਛ ਲਾਈਨਾਂ ਰੱਖਦੀਆਂ ਹੋ ਜੋ ਤੂੰ ਪਾਸ ਮੇਰੇ ਫਿਰ ਮੁਝ ਕੋ ਡਰ ਲੱਗਤਾ ਨਹੀਂ ਮਾਂ ਤੇਰੇ ਆਂਚਲ ਮੇਂ ਬਸਤਾ ਹੈ ਮੇਰਾ ਸਾਰਾ ਇਹ ਜਹਾਂ ਚੰਗਾ ਉਹਨਾਂ ਦਾ ਨਸੀਬ ਹੈ ਰਹਿੰਦੀ ਅੰਮੀ ਜਿਨ੍ਹਾਂ ਦੇ ਕਰੀਬ ਹੈ ਚੰਗਾ ਉਹਨਾਂ ਦਾ ਨਸੀਬ ਹੈ ਰਹਿੰਦੀ ਅੰਮੀ ਜਿਨ੍ਹਾਂ ਦੇ ਕਰੀਬ ਹੈ ਲੈ ਸਕਦਾ ਨਹੀਂ ਕੋਈ ਵੀ ਤੇਰੀ ਥਾਂ ਓ ਮੇਰੀ ਮਾਂ ਓ ਮੇਰੀ ਮਾਂ ਓ ਮੇਰੀ ਮਾਂ ਓ ਮੇਰੀ ਮਾਂ ਕੀ ਬਾਤ ਹੈ ਜੀ ਕੀ ਬਾਤ ਹੈ ਵਾਕਿਆ ਜੀ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਔਰ ਬੜੇ ਬਾਕਮਾਲ ਤਰੀਕੇ ਦੇ ਨਾਲ ਸੋਹਣੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਾਇਆ ਅਤੇ ਮੈਨੂੰ ਲੱਗਦਾ ਵੀ ਪੰਜਾਬੀ ਗਾਇਕੀ ਦੇ ਜਿੰਨੇ ਵੀ ਸਰਮੌਰ ਗਾਇਕ ਹੋਏ ਨੇ ਭਾਵੇਂ ਮੇਲ ਅਤੇ ਫੀਮੇਲ ਮਾਂ ਇੱਕ ਇਹੋ ਜਿਹਾ ਵਿਸ਼ਾ ਸੀਗਾ ਜਿਸ ਉੱਪਰ ਹਰ ਸਿੰਗਰ ਨੇ ਗਾਇਆ ਔਰ ਮਾਂ ਕਿਉਂਕਿ ਨਾਮ ਪੈ ਗਿਆ ਨਾ ਗੀਤ ਦੇ ਵਿੱਚ ਉਹ ਗੀਤ ਆਪਣੇ ਆਪ ਹਿੱਟ ਹੋਇਆ ਲੋਕਾਂ ਦੇ ਦਿਲਾਂ ਨੂੰ ਜਾ ਕੇ ਵਜਿਆ ਜੀ ਹਾਂਜੀ ਮਤਲਬ ਕਿ ਇਹ ਲੱਗਦਾ ਵੀ ਜਿਵੇਂ ਇਹ ਵਿਸ਼ਾ ਇੱਦਾਂ ਦਾ ਹੈ ਕਿ ਜਿੰਨੇ ਮਰਜ਼ੀ ਰਾਈਟਰ ਇਕੱਠੇ ਹੋ ਕੇ ਲਿਖਣ ਲੱਗਣ ਨਾ ਮੇਰੇ ਖਿਆਲ ਵਿਸ਼ਾ ਹੁੰਦਾ ਹੀ ਨਹੀਂ ਮਤਲਬ ਕਿ ਵੀ ਨਾ ਤਾਂ ਇਹ ਪੁਰਾਣਾ ਹੋਵੇ ਨਾ ਇਹਦੇ ਸ਼ਬਦ ਮੁੱਕਣ ਵੀ ਨਹੀਂ ਹੁਣ ਸ਼ਬਦ ਸਾਰੇ ਤਾਂ ਹੁਣ ਵਿੱਚ ਪਾਤੇ ਦੇ ਨਾ ਜੋ ਮਰਜ਼ੀ ਲਿਖੀ ਚੱਲੋ ਮਾਂ ਸਹੀ ਗੱਲ ਸਹੀ ਗੱਲ ਹਾਂਜੀ ਤੇ ਤੁਹਾਡੇ ਕੋਲ ਮੈਂ ਪੁੱਛਣਾ ਚਾਹਾਂਗਾ ਜੀ ਸਰਜੀਤ ਬਿੰਦਰਖੀਆ ਜੀ ਦਾ ਇੱਕ ਗੀਤ ਸੀਗਾ ਮਾਂ ਮੈਂ ਮੁੜਦੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਸਹੀ ਗੱਲ ਉਹ ਗੀਤ ਮੈਨੂੰ ਲੱਗਦਾ ਹਰ ਕਿਸੇ ਨੇ ਸੁਣਿਆ ਹਰ ਕਿਸੇ ਦੇ ਦਿਲ ਦੇ ਕਰੀਬ ਆ ਤੇ ਤੁਸੀਂ ਕਿਵੇਂ ਫੀਲ ਕਰਦੇ ਜੀ ਇਸ ਗੀਤ ਦੇ ਜਿਹੜੇ ਬੋਲ ਆ ਉਹਨਾਂ ਨੂੰ ਗਹਿਰਾਈ ਤੋਂ ਬਿਲਕੁਲ ਸੱਚ ਲਿਖਿਆ ਜੀ ਉਹਨਾਂ ਨੇ ਆਪਣਾ ਲੱਖਾਂ 'ਚ ਜਿਵੇਂ ਆਪਾਂ ਕਹਿ ਸਕਦੇ ਹਾਂ ਭੈਣ ਭਰਾ ਜਿੰਨੇ ਮਰਜ਼ੀ ਹੋਣ ਪਰ ਜਿਹੜਾ ਉਹ ਰਿਸ਼ਤਾ ਨਾ ਜੀ ਮਾਂ ਨਾਲ ਹੀ ਹੁੰਦੇ ਆ ਪੇਕੇ ਉਸ ਤੋਂ ਬਾਅਦ ਭਰਜਾਈਆਂ ਅਸੀਂ ਆਪ ਵੀ ਬਣੀਆਂ ਜੋ ਮਰਜ਼ੀ ਆ ਹੁੰਦੀਆਂ ਨੇ ਮਾਵਾਂ ਤੋਂ ਵੱਧ ਕਈ ਵਾਰ ਕਰਦੀਆਂ ਹਨਾ ਪਰ ਜਿਹੜੀ ਉਹ ਚੀਜ਼ ਹੈ ਨਾ ਉਹ ਇੱਕ ਇੰਟੀਮੇਸੀ ਹੁੰਦੀ ਹੈ ਹਨਾ ਉਹ ਮਾਂ ਨਾਲ ਹੀ ਹੁੰਦੀ ਹੈ ਨਾ ਜਿਹੜਾ ਤੁਸੀਂ ਹੱਕ ਜਿਤਾ ਸਕਦੇ ਹੋ ਤੇ ਉਹ ਮਾਂ ਦੇ ਨਾਲ ਹੀ ਹੈ ਮਾਂ ਤੇ ਆਪਾਂ ਰੋਹ ਵਿੱਚ ਤਾਰ ਸਕਦੇ ਹਾਂ ਮਾਂ ਹੁੰਦੇ ਆਪਾਂ ਕਹਿ ਸਕਦੇ ਹਾਂ ਕੋਈ ਵੀ ਚੀਜ਼ ਉਸ ਤੋਂ ਬਾਅਦ ਇਹ ਹੁੰਦਾ ਕਿ ਫਿਰ ਥੋੜ੍ਹੀ ਜਿਹੀ ਹੁੰਦੀ ਹੈ ਜਿਵੇਂ ਹਿਚਕਚਾਹਟ ਹੁੰਦੀ ਹੈ ਵੀ ਕਹਾਂ ਕਿ ਨਾ ਕਹਾਂ ਨਾ ਵੀ ਹੋ ਸਕਦਾ ਇਹ ਤੰਗ ਨਾ ਹੋਣ ਇਸ ਚੀਜ਼ ਬਾਰੇ ਅਤੇ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਲੱਖ ਵਾਰੀ ਸੋਚਦੀ ਹੈ ਪਰ ਜਦੋਂ ਮਾਂ ਹੁੰਦੀ ਆ ਤਾਂ ਮੇਰੇ ਖਿਆਲ ਮਾਂ ਆਪ ਹੀ ਪੋਚ ਲੈਂਦੀ ਹੈ ਜੇ ਗਲਤ ਵੀ ਬੋਲਿਆ ਜਾਵੇ ਹਾਂਜੀ ਮੇਰੀ ਨਾ ਇੱਕ ਮੂੰਹ ਬੋਲੀ ਭੈਣ ਅੱਜ ਅੱਜ ਮੇਰੀ ਸਵੇਰੇ ਗੱਲਬਾਤ ਹੋ ਰਹੀ ਸੀ ਉਹਦੇ ਨਾਲ ਹਾਂਜੀ ਉਹ ਵੀ ਇਸ ਟੌਪਿਕ 'ਤੇ ਗੱਲ ਕਰ ਰਹੀ ਸੀ ਕਿ ਮਾਂ ਜਦੋਂ ਸੀ ਨਾ ਮੇਰੀ ਤੇ ਮਾਂ ਨੂੰ ਮੈਂ ਬਿਨਾਂ ਹਿਚ ਸਾਰਾ ਕੁਛ ਦੱਸ ਦਿੰਦੀ ਸੀ ਮੈਨੂੰ ਕੋਈ ਲੋੜ ਆ ਪੈਸੇ ਦੀ ਧੇਲੇ ਦੀ ਜਾਂ ਕਿਸੇ ਜਗ੍ਹਾ ਤੇ ਖੜਨ ਦੀ ਤੇ ਮਾਂ ਨੇ ਹੱਸ ਕੇ ਖੜਨਾ ਅੱਜ ਭਰਾ ਜ਼ਰੂਰ ਹੈਗੇ ਭਰਜਾਈਆਂ ਜ਼ਰੂਰ ਹੈਗੀਆਂ ਨੇ ਪਰ ਜਦੋਂ ਮੈਂ ਜਾਵਾਂ ਤੇ ਮੇਰੇ ਮਨ ਦੇ ਵਿੱਚ ਹਿਚਕਚਾਹਟ ਹੁੰਦੀ ਆ ਵੀ ਮੈਂ ਕਹਾਂ ਕਿ ਨਾ ਕਹਾਂ ਵਾਕਈ ਬਿਲਕੁਲ ਸਹੀ ਕਿਹਾ ਕਿ ਮਾਂ ਜਿਹੜੀ ਆ ਉਹ ਮਾਂ ਹੁੰਦੀ ਆ ਜੀ ਇੱਕ ਬ੍ਰੇਕ ਲੈ ਲਈਏ ਜੀ ਬ੍ਰੇਕ ਤੋਂ ਬਾਅਦ ਹੋਰ ਗੱਲਾਂ ਬਾਤਾਂ ਕਰਾਂਗੇ ਮਾਂ ਦਾ ਰੋਲ ਵਾਕਈ ਇਹ ਇਸ ਛੋਟੀ ਜਿਹੀ ਇੰਟਰਵਿਊ ਦੇ ਵਿੱਚ ਕੰਪਲੀਟ ਤਾਂ ਨਹੀਂ ਹੋਣਾ ਕੋਸ਼ਿਸ਼ ਕਰਾਂਗੇ ਹੋਰ ਗੱਲਾਂ ਬਾਤਾਂ ਕਰਨ ਦੀ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨਰੀ ਜਲਦ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ ਔਰ ਅਸੀਂ ਅੱਜ ਆਪਣੇ ਸਟੂਡੀਓ ਵਿੱਚ ਮਦਰ ਡੇ ਮਨਾ ਰਹੇ ਹਾਂ ਜੀ ਔਰ ਮੇਰੇ ਨਾਲ ਦੋ ਮਹਿਮਾਨ ਜੁੜੇ ਹੋਏ ਨੇ ਹਰਮਨਦੀਪ ਜੀ ਅਤੇ ਨੇਹਾ ਬਤਰਾ ਜੀ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਥੈਂਕ ਯੂ ਅਸੀਂ ਪ੍ਰੋਗਰਾਮ ਦੇ ਪਿਛਲੇ ਹਿੱਸੇ ਵਿੱਚ ਗੱਲ ਕਰ ਰਹੇ ਸੀ ਕਿ ਮਾਂ ਦੇ ਕੋਲ ਉਹਦੇ ਆਸ਼ੀਰਵਾਦ ਦੇ ਵਿੱਚ ਇੰਨੀ ਕੁ ਤਾਕਤ ਆ ਕਿ ਆਪਣੇ ਬੱਚੇ ਦਾ ਉਹ ਨਸੀਬ ਬਦਲ ਸਕਦੀ ਹੈ ਉਸਦੀ ਤਕਦੀਰ ਬਦਲਣ ਦੀ ਸਮਰੱਥਾ ਰੱਖਦੀ ਹੈ ਹਾਂਜੀ ਮੇਰੇ ਜ਼ਿਹਨ ਦੇ ਵਿੱਚ ਇੱਕ ਸਟੋਰੀ ਆਈ ਜੀ ਮੈਂ ਸ਼ੇਅਰ ਕਰਨੀ ਚਾਹਾਂਗਾ ਆਪਣੇ ਦਰਸ਼ਕਾਂ ਦੇ ਨਾਲ ਵੀ
पाकिस्तानी मकबूल गायक ने आरिफ लोहार वो एक इंटरव्यू दे विच दस रहे सी कि उन्हां दी माँ शुरू तो बचपन तो उन्हां नूं कहिंदी सी भी मैं तैनूं एक्टर बनना देखना चाहुंदी आं। वो वड्डे होए गायक बन गए, कई एल्बम्स आईयां, गीत आए, वीडियोज़ भी शूट होईयां और माँ फिर कहिंदी भी बेटा तेरी फिल्म कदों आ रही है। आरिफ लोहार ने कहा भी माँ मैं गाउंदा वां ते मैं एक्टर नहीं हैगा, इन्ना खूबसूरत नहीं है, मेरी शक्ल सूरत इन्नी एक्टर वाली नहीं हैगी। फिर माँ ने दो चार साल बाद दोबारा पूछना कि बेटा तुहाडी फिल्म कदों आ रही है। तो वेखो जी माँ दीयां दुआवां दा असर कि गाउंदियां गाउंदियां आरिफ लोहार कई फिल्मां दे विच बतौर एक्टर भी आए। सो यह हुंदा जी माँ दीयां दुआवां दा असर ते माँ दीयां आशीर्वाद दी ताकत अपने बच्चे दी तकदीर भी बदल सकदियां ने। हाँ जी बिल्कुल जी। ते तुहाडा एक माँ दे उपर गीत आया जी, वह भी साझा कर दो लगे हाथ। हाँ जी जरूर जी, वो सॉन्ग दे विच भी यही है जी जी। पहला गई मैं तीर्थ नावण, ते रब मिलया नहीं काई, फेर गई मैं मस्जिद मंदिर, उतों भी न बोशी पाई, थक टुट के मैं रब नो उच्ची उच्ची आवाज लगाई, किथे ओए रब आया जा, तेरी दीद दी मैं तरहा, चुप कर जो ए दुनिया वालो, रब दी आवाज सी आई, तुहानू तुहाडा रब मैं दिता, तुहानू रता समझ ना आई, मां शब्द ऐसा मैं बनाया, सारी दुनिया मां च दिखाई, रब कहदा मैं ता रब पालिता, मेरे सामने बैठी जे मेरी माँ, ओए रब कहदा मैं ता रब पालिता, मेरे सामने बैठी जे मेरी माँ, नी मैं ता कमली सी रब ओही अजीदी मैं जाई, नी मैं ता कमली सी रब ओही अजीदी मैं जाई, नी मैं ता कमली सी अम्मी, नी मैं ता कमली सी। क्या बात है जी, क्या बात है, बहुत सोहनी आवाज और बहुत सोहने शब्द। नेहा जी जी, मैं ऐसा तो मैं कुछ बच्चे होंगे ने वैसे बहुते ते समझदार ने अपने माँ प्यो दी जित करदे ने जी, कुछ एहो जिहे भी हुंदे ने जिहड़े कि समां रहिंदिआं आपणे मापिआं दी माँ दी खास करके इज्जत नहीं कर पाउंदे। खास करके कई लोग जिन्हां दीआं मावां तुर जांदीआं ने उहनां कोल पुछ के वेखो कि माँ दी कदर की हुंदी है। बिल्कुल। और कई वारी लगदा भी माँ दे तुर जाण पिछों कई वारी असीं उहदीआं तस्वीरां ते हार चढ़ाई जावांगे, खंड पाठ करा ले, श्राद्ध करा ले, कई कुछ कर लिया, उहनां चीज़ां दी मैनूं लगदा फिर वैल्यू नहीं रहि जांदी। जे जिउंदिआं जिउं उहनां नूं प्यार कर लईए, उहनां दा सत्कार कर लईए, की कहना चाहोगे? बिल्कुल जी बिल्कुल सही कह रहे हो। और एदे नाल ही मैनूं एक गीत दी कुछ लाइनां हैगियां जिहड़ी उहदे विच कहिंदे ने कि जदों मूहों किसे दा मैं ना लैणा सिखिया, रब कहण नालों पहलां माँ कहना सिखिया, है ना। ते इह गल दा जे सानूं अहसास बणिया रहे तां ही जिहड़ी पहले भी गल होई अपनी कि साल दे विच एक दिन घट हैगा टू सैलीब्रेट मदरस, जे आपां उहनां दी सेवा करदे रहीए, जे उहनां दी इज्जत करिए ते जी स्वर्ग इधर ही है, क्योंकि लोगों नूं लगदा मरण दे बाद किधरे स्वर्ग मिलदा, पर जे मापे दी इज्जत जी जिउंदी जी कर ली ते स्वर्ग सानूं इत्थे ही उहनां दी असीसां च उहनां दी दुआवां च ही सानूं मिल जाणा। ते पूरा एपीसोड ही मैनूं लग रहा हर गल च सानूं अहसास इस गल दा हो रहा कि एक माँ दे आशीर्वाद च किन्नी क ताकत है, किन्ना लाइफ चेंजिंग है हुंदा है माँ दा कोई भी असीस दित्ती होई, माँ दी अरदास साढ़े सारिआं लई किन्ना महत्व रखदी है ते अपने नूं अगे वधण लई सानूं मोटिवेट करदी है जी। ते बिल्कुल जी, परदेसां दे विच भी बैठे होईए ना, माँ दा फोन आ जाए ते सब तो पहला वो पुछूगी पुत्र रोटी खाधी है जी? बिल्कुल। ते ए माँ दा प्यार ही है, गीत भी आए हुए ने इहदे उप्पर जी जी जी। बाकी सारे पुछदे भी डालर किन्ने बणाउंदा,
ਤੇ ਮਾਂ ਹੀ ਪੁੱਛਦੀ ਹੈ ਪੁੱਤ ਰੋਟੀ ਖਾ ਲਈ ਹੈ ਕਿ ਨਹੀਂ। ਇਹ ਮਾਂ ਦਾ ਪਿਆਰ ਹੈ ਜੀ। ਅਤੇ ਕੁਝ ਸਤਿੰਦਰ ਸਰਤਾਜ ਦੀਆਂ ਸਤਰਾਂ ਨੇ ਜੀ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ ਮਾਂ ਦੇ ਰੋਲ ਦੇ ਉੱਪਰ। ਉਂਝ ਦੁਨੀਆ 'ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਉਂਝ ਦੁਨੀਆ 'ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਢੇ ਜਿੰਨਾ ਛੁਪਾ ਲਏ ਹਿੱਕ ਵਿੱਚ ਕੁਝ ਕੁ ਐਸੀਆਂ ਰਾਹਾਂ ਨੇ ਚੀਸਾਂ ਲੈ ਅਸੀਸਾਂ ਦਿੰਦੀ ਚੀਸਾਂ ਲੈ ਅਸੀਸਾਂ ਦਿੰਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੇ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ ਆਪਣੇ ਲਈ ਸਰਤਾਜ ਕਦੇ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ। ਕੀ ਬਾਤ ਹੈ, ਕੁਝ ਕਹਿਣਾ ਚਾਹੋਗੇ ਜੀ ਇਹਨਾਂ ਪਰ? ਹਾਂਜੀ, ਮਾਵਾਂ ਆਪਣੇ ਲਈ ਜਦੋਂ ਬੱਚਾ ਹੋ ਜਾਂਦਾ ਨਾ ਉਦੋਂ ਉਹਦੇ ਜਿਹੜੇ ਆਪਣੇ ਸੁਪਨੇ ਹੁੰਦੇ ਆ ਨਾ ਉਹ ਪਿੱਛੇ ਰਹਿ ਜਾਂਦੇ ਹੁੰਦੇ ਆ ਜੀ ਜੀ। ਉਹ ਫਿਰ ਉਹਦੇ ਸੁਪਨਿਆਂ 'ਚ ਹੀ ਆਪਣੇ ਸੁਪਨੇ ਦੇਖਦੀ ਹੁੰਦੀ ਹੈ। ਉਦੋਂ ਪਹਿਲਾਂ ਲੱਗਦਾ ਹੁੰਦਾ ਕਿ ਮੈਂ ਆਹ ਕਰ ਲਾਂ, ਮੈਂ ਆਹ ਪੌੜੀ ਚੜ੍ਹ ਜਾਂ, ਮੈਂ ਪਤਾ ਨਹੀਂ ਕੀ ਕੁਛ ਕਰਾਂ। ਜਿਵੇਂ ਮੈਂ ਹੀ ਦੇ ਲਾ ਲਓ, ਮੈਨੂੰ ਹੁੰਦਾ ਸੀ ਕਿ ਮੈਂ ਪੌਪ ਸਿੰਗਰ ਬਣਨਾ ਸੀ। ਇੱਥੇ ਮੀਡੀਆਂ ਜੀ ਕੀਤੀਆਂ ਹੋਣਗੀਆਂ ਮੇਰੇ, ਮੈਨੂੰ ਲੱਗਦਾ ਸੁਪਨੇ ਪੂਰੇ ਕਰ ਚੁੱਕੇ ਜੇ ਤੁਸੀਂ ਇਦਾਂ ਦੇ। ਨਹੀਂ ਪਰ ਨਹੀਂ ਹੈਗੇ ਹਲੇ, ਕਰੂੰਗੀ ਹੁਣ, ਠੀਕ ਹੈ ਹੁਣ ਕਰੂੰਗੀ। ਅਤੇ ਪਰ ਇਹ ਹੁੰਦਾ ਕਿ ਜਦੋਂ ਧੀ ਜਾਂ ਪੁੱਤ ਘਰ ਹੁੰਦਾ ਨਾ ਉਦੋਂ ਬਾਅਦ ਫਿਰ ਉਹਦੇ ਸੁਪਨੇ ਸ਼ੁਰੂ ਹੋ ਜਾਂਦੇ ਵੀ ਇਹ ਕੀ ਚਾਹੁੰਦਾ ਜੀ, ਅਤੇ ਮੈਂ ਵੀ ਕਰੂੰਗੀ ਸੁਪਨੇ ਪੂਰੇ, ਕੋਈ ਨਹੀਂ। ਆਪਾਂ ਵੇਖੋ ਜੀ ਆਪਣੇ ਵੀ ਕਰਨੇ ਆ ਅਤੇ ਬੱਚਿਆਂ ਦੇ ਵੀ ਕਰਾਂਗੇ। ਹਾਂਜੀ, ਇੱਦਾਂ ਹੀ ਰਲ ਮਿਲ ਕੇ ਅਸੀਂ ਸਾਰਿਆਂ ਦੇ ਸੁਪਨੇ ਜਿਹੜੇ ਆ ਪੂਰੇ ਕਰ ਲੈਣੇ ਨੇ। ਅਤੇ ਤੁਸੀਂ ਇੱਕ ਗੀਤ ਹੋਰ ਕਹਿ ਰਹੇ ਸੀਗੇ ਕਿ ਮਾਂ ਦੇ ਉੱਪਰ ਤੁਹਾਡੇ ਜਹਿਨ ਦੇ ਵਿਚਾਰ ਹੈ, ਉਹ ਵੀ ਕਰ ਦਿਓ ਲੱਗੇ ਹੱਥ ਸਾਂਝਾ। ਉਹ ਬਹੁਤ ਪਿਆਰਾ ਪਾਕਿਸਤਾਨੀ ਐਕਚੁਲੀ ਨਜ਼ਮ ਹੈਗੀ ਹੈ ਜੀ, ਹੈਗਾ ਇੱਦਾਂ ਕਿ ਧੁੱਪਾਂ ਦਾ ਨੀ ਡਰ ਮੈਨੂੰ, ਧੁੱਪਾਂ ਦਾ ਨੀ ਡਰ ਮੈਨੂੰ, ਛਾਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਬਹੁਤ ਵਧੀਆ, ਬਹੁਤ ਵਧੀਆ ਜੀ। ਮਾਵਾਂ ਦੀਆਂ ਦੁਆਵਾਂ ਬਿਲਕੁਲ ਹਮੇਸ਼ਾ ਹੀ ਤੁਹਾਡੇ ਨਾਲ ਨੇ। ਤੁਸੀਂ ਦੇਸ ਰਹੋ, ਪਰਦੇਸ ਰਹੋ, ਖੁਸ਼ ਰਹੋ ਜਿੱਥੇ ਵੀ ਰਹੋ। ਇੱਕ ਦਿਨ ਨਾ ਮੈਂ ਗੱਲ ਸੁਣਾਉਣ ਲੱਗੀ ਹਾਂ, ਬੇਟੀਆਂ ਮੇਰੀਆਂ ਲੱਗੀਆਂ ਹੋਈਆਂ ਸੀ, ਕਹਿੰਦੇ ਜੀ ਡ੍ਰੀਮਸ ਦੱਸੋ ਆਪਣੇ ਆਪਣੇ ਵੀ ਕੀ ਹੋਣੇ ਚਾਹੀਦੇ ਆ ਨਾ। ਇੱਕ ਤਾਂ ਕਹਿੰਦੀ ਵੀ ਉਹ ਛੋਟੀ ਆ, ਉਹਨੇ ਉਹਦੇ ਡ੍ਰੀਮ ਇੰਨੇ ਕੁ ਸੀ ਕਿ ਇੱਕ ਡੌਗੀ ਹੋਵੇ, ਇੱਕ ਆਹ ਚੀਜ਼ ਹੋਵੇ, ਇੱਕ ਹੋਵੇ। ਦੂਸਰੀ ਕਹਿੰਦੀ ਇੱਕ ਨਾ ਮਹਿਲ ਹੋਣਾ ਚਾਹੀਦਾ ਵੱਡਾ ਸਾਰਾ, ਹੈ ਨਾ, ਉਹਦੇ ਵਿੱਚ ਫਿਰ ਮੈਂ ਇੰਨੇ ਗਾਰਡ ਖੜ੍ਹੇ ਹੋਣਗੇ, ਇੰਨੀਆਂ ਗੱਡੀਆਂ ਹੋਣਗੀਆਂ, ਇੰਨਾ ਕੁਛ ਹੋਊਗਾ, ਇੰਨਾ ਕੁਛ ਹੋਊਗਾ। ਫਿਰ ਵਾਰੀ ਆ ਗਈ ਮੇਰੀ ਦੱਸਣ ਦੀ, ਅਤੇ ਮੈਨੂੰ ਕਹਿੰਦੇ ਮੰਮਾ ਤੁਹਾਡਾ ਡ੍ਰੀਮ, ਮੈਂ ਕਿਹਾ ਜਿਹੜਾ ਮਹਿਲ ਬਣਿਆ ਨਾ ਵੱਡਾ ਸਾਰਾ ਜੀ, ਅਤੇ ਜਾਂ ਉਹਦੇ ਡੌਗੀ ਉਹਦੇ ਗਾਰਡ ਖੜ੍ਹੇ ਆ, ਅਤੇ ਉਹ ਜਿਹੜੀਆਂ ਉਹ ਨੀਹਾਂ ਨੇ ਹੈਗੀਆਂ ਨਾ ਉਹਦੇ ਵਿੱਚ ਮੇਰੇ ਸੁਪਨੇ ਆ, ਮੈਂ ਕਿਹਾ ਹੈ ਨਾ ਉਹ, ਮੈਂ ਕਿਹਾ ਉਹ ਜੇ ਨੀਂਹ ਵਧੀਆ ਬਣੂਗੀ ਤਾਂ ਫਿਰ ਹੀ ਤੇਰੇ ਮਹਿਲ ਬਣਨਗੇ। ਅੱਛਾ ਮੰਮਾ ਤੁਹਾਨੂੰ ਨਹੀਂ ਪਤਾ, ਬੱਚੇ ਨਾ ਉਹਨਾਂ ਦੀ ਸਮਝ ਡਿਵੈਲਪ ਨਹੀਂ ਹੋਈ। ਹਾਂਜੀ, ਤੁਸੀਂ ਤਾਂ ਗੱਲ ਬਹੁਤ ਡੂੰਘੀ ਕੀਤੀ, ਪਰ ਗੱਲ ਤਾਂ ਹੈਗੀ ਹੈ ਨਾ। ਬਿਲਕੁਲ ਬਿਲਕੁਲ ਜੀ, ਕਿ ਜੇ ਨੀਂਹਾਂ ਮਜ਼ਬੂਤ ਹੋਣਗੀਆਂ ਤਾਂ ਉਹਨਾਂ ਦੇ ਮਹਿਲ ਬਣਾ ਰਹੇ। ਵੇਖੋ ਜੀ, ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀਆਂ ਮਾਵਾਂ ਨੇ, ਪੇਰੈਂਟਸ ਨੇ, ਅਸੀਂ ਕੋਸ਼ਿਸ਼ ਕਰਦੇ ਕਿ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰੀਏ। ਹਾਂਜੀ, ਉਹਨਾਂ ਵਾਸਤੇ ਬਿਲਡਿੰਗਸ ਜਿੱਦਾਂ ਤੁਸੀਂ ਗੱਲ ਕੀਤੀ, ਮਹਿਲਾਂ ਦੀਆਂ ਨੀਹਾਂ ਦੀ ਉਸਾਰੀ ਕਰ ਦਈਏ ਵੀ ਕੰਧਾਂ ਕਰਨੀਆਂ ਉਹਨਾਂ ਨੂੰ ਸੌਖੀਆਂ ਹੋ ਜਾਣ। ਹਾਂਜੀ, ਅਤੇ ਵਾਕਈ ਇੱਕ ਹੋਰ ਮੇਰੇ ਵਾਸਤੇ ਜੀ ਕਵੀ ਦੀਆਂ ਸਤਰਾਂ ਮੈਂ ਸੋਚ ਰਿਹਾ ਸੀ ਸਾਂਝੀਆਂ ਕਰਦਿਆਂ। ਵੇਖਿਆ ਨਹੀਂ ਕਦੇ ਰੱਬਾ ਤੈਨੂੰ ਸਾਹਮਣੇ ਖਲੋ ਕੇ, ਵੇਖਿਆ ਨਹੀਂ ਕਦੇ ਰੱਬਾ ਤੈਨੂੰ ਸਾਹਮਣੇ ਖਲੋ ਕੇ, ਪਰ ਹੋਵੇਗਾ ਜ਼ਰੂਰ ਮੇਰੀ ਮਾਂ ਵਰਗਾ। ਅਤੇ ਵੈਸੇ ਸ਼ੁਰੂ ਤੋਂ ਹੀ ਆਪਾਂ ਮਾਂ ਨੂੰ ਰੱਬ ਦੇ ਬਰਾਬਰ ਦਰਜਾ ਦਿੱਤਾ ਹੋਇਆ। ਨੇਹਾ ਜੀ, ਤੁਸੀਂ ਕੁਛ ਕਹਿਣਾ ਚਾਹੋਗੇ ਇਹਦੇ ਉੱਪਰ? ਬਿਲਕੁਲ, ਰੱਬ ਦਾ ਹੀ ਦਰਜਾ ਹੈਗਾ, ਰੱਬ ਤੋਂ ਵੱਧ ਕੇ ਦਰਜਾ ਹੈਗਾ, ਕਿਉਂਕਿ ਆਪਾਂ ਜਿਵੇਂ ਕਹਿੰਦੇ ਹਾਂ ਕਿ ਰੱਬ ਨੂੰ ਜਿਉਂਦੇ ਜੀ ਆਪਾਂ ਵੇਖਦੇ ਨਹੀਂ, ਉੱਦਾਂ ਅਹਿਸਾਸ ਹੁੰਦਾ ਆ ਰੱਬ ਦਾ। ਪਰ ਮਾਂ ਨੂੰ ਤਾਂ ਵੇਖਦੇ ਹਾਂ, ਅਤੇ ਉਹ ਜਿਹੜੀ ਇੱਕ ਬਲੈਸਿੰਗ ਵਾਲੀ ਗੱਲ ਹੈਗੀ ਹੈ ਕਿ ਮਾਂ ਨੂੰ ਜੇ ਤੁਸੀਂ ਕੁਛ ਵੀ, ਜਿਵੇਂ ਕਹਿੰਦੇ ਨੇ ਰੱਬ ਤੋਂ ਤੁਸੀਂ ਮੰਗਣ ਲਈ ਜਾਓ ਤਾਂ ਰੱਬ ਦਿੰਦਾ ਆ, ਰਾਈਟ? ਮਾਂ ਨੂੰ ਤਾਂ ਮੰਗਣ ਦੀ ਲੋੜ ਵੀ ਨਹੀਂ ਪੈਂਦੀ, ਰਾਈਟ? ਮਾਂ ਉਹ ਤੋਂ ਪਹਿਲਾਂ ਹੀ ਬੱਚੇ ਦੀ ਜ਼ਰੂਰਤ ਸਮਝ ਕੇ ਉਹਦੇ ਉਹਨੂੰ ਪੂਰਾ ਕਰਦੇ ਨੇ। ਅਤੇ ਜਿਵੇਂ ਤੁਸੀਂ ਕਿਹਾ, ਆਪਣੇ ਡ੍ਰੀਮਸ ਨੂੰ ਪਿੱਛੇ ਰੱਖ ਕੇ ਬੱਚੇ ਦੇ ਹਰ ਸਪਨਾ, ਹਰ ਜੇ ਮਤਲਬ ਕਈ ਕਈ ਪੇਰੈਂਟਸ ਮੈਂ ਇੱਦਾਂ ਫੀਲ ਕਰਨੀ ਆ, ਜੇ ਮੇਰੇ ਵੀ ਪੇਰੈਂਟਸ ਆਪਦੇ ਵੀ ਜੇ ਅਫੋਰਡੇਬਿਲਿਟੀ ਨਹੀਂ ਵੀ ਹੁੰਦੀ ਤਾਂ ਵੀ ਉਹਨਾਂ ਨੂੰ ਹੁੰਦਾ ਬੱਚਿਆਂ ਦੀ ਸੁਪਨੇ ਪੂਰੇ ਹੋ ਜਾਣ, ਅਸੀਂ ਕੁਛ ਵੀ ਕਰਕੇ ਆਪਣੀ ਲਾਈਫ ਨੂੰ ਪਿੱਛੇ ਰੱਖ ਕੇ ਉਹ ਬੱਚਿਆਂ ਲਈ ਉਹਨਾਂ ਨੂੰ ਸਪੋਰਟ ਕਰਦੇ ਨੇ, ਅਤੇ ਉਹਨਾਂ ਲਈ ਉਹਨਾਂ ਦੇ ਕਰਕੇ ਹੀ ਅੱਜ ਆਪਾਂ ਜਿੱਥੇ ਵੀ ਸਾਰੇ ਬੈਠੇ ਹਾਂ। ਜੇ ਕੈਨੇਡਾ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਵੀ ਜਿੱਥੇ ਗੱਲ ਕੀਤੀ, ਉਹ ਜੇ ਬੈਠੇ ਨੇ ਉਹ ਮਾਵਾਂ ਦੇ ਸਪੋਰਟ ਕਰਕੇ, ਉਹਨਾਂ ਦੀ ਆਈ ਥਿੰਕ ਕਈ ਤਾਂ ਮੋਟੀਵੇਟ ਕਰਦੇ ਨੇ ਮਦਰਸ ਹੀ ਕਿ ਤੁਸੀਂ ਜਾਓ ਕੁਛ ਬਣੋ,
ਜਾ ਕੇ ਬਣੋ ਇਹੀ ਮਾਵਾਂ ਦੀ ਅਸੀਂ ਵੇਖੋ ਕਿੰਨੇ ਵੱਡੇ ਹੁੰਦੇ ਆ ਜੀ ਕਾਲਜੇ ਦੇ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਜਾਂ ਕਈ ਵਾਰੀ ਬਾਰਡਰ 'ਤੇ ਜਿਵੇਂ ਇੰਡੀਆ 'ਚ ਆਪਾਂ ਗੱਲ ਕਰਦੇ ਹਾਂ ਫੌਜ ਦੇ ਵਿੱਚ ਭਰਤੀ ਕਰਾਉਣਾ ਇਹ ਮਾਂ ਦਾ ਹੀ ਜਿਗਰਾ ਵਾ ਜਿਹੜਾ ਇੰਨਾ ਵੱਡਾ ਬਲੀਦਾਨ ਹੀ ਹੁੰਦਾ ਇੱਕ ਤਰ੍ਹਾਂ ਦਾ ਬਲੀਦਾਨ ਹੀ ਹੈ ਜੋ ਇੱਕ ਪਲ ਅੱਖਾਂ ਦੇ ਸਾਹਮਣੇ ਉਹ ਜਲ ਨਹੀਂ ਹੋਣ ਦਿੰਦੀ ਜੀ 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 ਉਹਦੇ ਉਹਦੀ ਜਾਨ ਨਿਕਲਦੀ ਹੈ ਤੇ ਪਰ ਕਿੱਥੇ ਇਹ ਹੈ ਵੀ ਨਹੀਂ ਇਹ ਆਪਣੇ ਸੁਪਨੇ ਪੂਰੇ ਕਰਨ ਤੇ ਜੇ ਦੂਰ ਜਾਂਦੇ ਮੈਂ ਦੁਖੀ ਹੋਣੀ ਕੋਈ ਗੱਲ ਨਹੀਂ ਜੀ 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 ਤੇ ਹਰਮਨ ਜੀ ਇੱਕ ਤੁਹਾਡਾ ਗੀਤ ਪੇਕਿਆਂ ਦਾ ਪੱਖ ਆਇਆ ਸੀਗਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਮਾਂ ਦੇ ਘਰ ਦੀ ਗੱਲਬਾਤ ਕੀਤੀ ਗਈ ਹੈ ਉਹ ਵੀ ਸਾਂਝਾ ਕਰੀ ਦਿਓ ਜੀ ਗੱਲ ਹੀ ਸਾਰੀ ਮਾਂ ਦੀ ਹੈ ਜੀ 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 ਹਾਂਜੀ ਉਹ ਜ਼ਰੂਰ ਜੀ ਗੱਲ ਮੈਂ ਸੁਣਾਉਣ ਲੱਗੀ ਭੈਣੇ ਅਤੇ ਭਾਈ ਦੀ ਨੂੰ ਮੇਰੇ ਦਾਦੇ ਦੀ ਤੇ ਨਾਨੇ ਦੀ ਉਹ ਜਾਈ ਦੀ ਬਾਪੂ ਦੀ ਮੈਂ ਗੱਲ ਨਹੀਂ ਉਹ ਕਰਨੀ ਗੱਲ ਕਰਾਂ ਬੇਬੇ ਵਾਲੇ ਪੱਖ ਦੀ ਪੇਕਿਆਂ ਤੋਂ ਆਈ ਹੋਵੇ ਚੀਜ਼ ਜੇ ਜਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਪੇਕਿਆਂ ਤੋਂ ਆਈ ਹੋਵੇ ਚੀਜ਼ ਜੇ ਜਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਕਿਆ ਬਾਤ ਹੈ ਕਿਆ ਬਾਤ ਹੈ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਮਾਂ ਅਜਿਹਾ ਟੌਪਿਕ ਆ ਜਿਸ ਨੂੰ ਭਾਵੇਂ 30 ਮਿੰਟ ਕਹਿ ਲਓ ਘੰਟਾ ਕਹਿ ਲਓ ਜਾਂ ਸਦੀਆਂ ਕਹਿ ਲਓ ਇਸ ਸਮੇਂ ਦੇ ਵਿੱਚ ਨਾ ਤਾਂ ਉਸ ਦਾ ਜਿਹੜਾ ਯੋਗਦਾਨ ਆ ਨਾ ਉਸੀ ਮਮਤਾ ਦਾ ਮੁੱਲ ਤਾਰਿਆ ਜਾ ਸਕਦਾ ਅਤੇ ਨਾ ਉਸ ਦਾ ਜਿਹੜਾ ਕਿਰਦਾਰ ਆ ਉਸ ਨੂੰ ਅਸੀਂ ਤੋੜ ਸਕਦੇ ਹਾਂ ਅਤੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੋਣ ਵਾਲਾ ਵਾ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਦਰਸ਼ਕਾਂ ਦੇ ਨਾਲ ਕੋਈ ਖਾਸ ਸੁਨੇਹਾ ਦੇਣਾ ਚਾਹੋ ਮਦਰ ਡੇਸ ਨੂੰ ਲੈ ਕੇ ਖਾਸ ਕਰਕੇ ਜੀ ਮੈਂ ਪਹਿਲੇ ਬੱਚਿਆਂ ਨੂੰ ਸਾਰਿਆਂ ਨੂੰ ਕਿ ਜਿਨ੍ਹਾਂ ਦੀ ਮਦਰਸ ਉਹਨਾਂ ਦੇ ਨਾਲ ਹੈਗੀਆਂ ਨੇ ਉਹਨਾਂ ਦੀ ਇੱਜ਼ਤ ਕਰੋ ਸੇਵਾ ਕਰੋ ਜਿੰਨੀ ਕਰ ਸਕਦੇ ਹੋ ਟਾਈਮ ਰਹਿੰਦੇ ਹੀ ਅਤੇ ਮਦਰਸ ਨੂੰ ਸਲਾਮ ਹੈ ਤੁਹਾਨੂੰ ਸਾਰਿਆਂ ਨੂੰ ਫੋਰ ਐਵਰੀਥਿੰਗ ਜੋ ਵੀ ਤੁਸੀਂ ਆਪਣੇ ਬੱਚਿਆਂ ਲਈ ਕਰ ਰਹੇ ਹੋ ਹਰਮਨ ਜੀ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਹੈਪੀ ਮਦਰਸ ਡੇ ਔਰ ਮੇਰਾ ਤਾਂ ਪਲ ਪਲ ਹੀ ਹੁੰਦਾ ਹੈਪੀ ਮਦਰਸ ਡੇ ਕਹਿੰਦੀ ਹਾਂ ਮੈਂ ਕਿਉਂਕਿ ਹਰ ਪਲ ਹੀ ਮਾਂ ਦੇ ਨਾਲ ਆ ਔਰ ਮੈਂ ਸਾਰੇ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਇਹ ਕਹੂੰਗੀ ਕਿ ਆਪਣੀ ਮਾਂ ਦੀ ਇੱਜ਼ਤ ਇੱਥੇ ਕਰ ਲਓਗੇ ਬਾਕੀ ਸਵਰਗ ਸੁਰਗ ਕਿਹਨੇ ਦੇਖੇ ਆ ਪਿਓ ਜੀ ਵੀ ਕਰ ਲਓ ਨਾਲ ਉਹ ਤਾਂ ਜ਼ਰੂਰੀ ਹੈ ਜੀ ਮਾਂ ਬਾਪ ਦੀ ਇੱਜ਼ਤ ਹੋਣੀ ਬਹੁਤ ਜ਼ਰੂਰੀ ਹੈ ਤੇ ਬਾਕੀ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਚੱਲੀਏ ਪਿਓ ਹੋ ਸਕਦਾ ਮੈਨੂੰ ਇਹ ਪਿਆਰ ਜਿਤਾਉਂਦੇ ਨਹੀਂਗੇ ਪਿਓ ਵੀ ਬਰਾਬਰ ਹੀ ਪਿਆਰ ਕਰਦੇ ਹੁੰਦੇ ਨੇ ਬੱਚਿਆਂ ਨੂੰ ਹਾਂਜੀ ਕਹਿੰਦੇ ਹੁੰਦੇ ਆ ਵੀ ਉਹ ਨਾ ਮੈਂ ਇੱਕ ਫੋਟੋ ਦੇਖਦੀ ਹੁੰਦੀ ਹਾਂ ਇੱਕ ਫੋਟੋ ਹੈ ਅਤੇ ਉਹਦੇ ਵਿੱਚ ਬੱਚੇ ਨੂੰ ਗੋਦੀ ਚੱਕਿਆ ਹੋਇਆ ਜੀ ਹੈ ਨਾ ਉਹਨੇ ਇੱਦਾਂ ਸਾਹਮਣੇ ਹੋਇਆ ਪਰ ਉਹਦੇ ਵਿੱਚ ਇਹ ਹੈ ਕਿ ਥੱਲਿਓ ਫਿਰ ਇੱਕ ਉਦੋਂ ਵਾਰ ਹੋਰ ਪਿਕਚਰ ਆਉਂਦੀ ਹੈ ਉਹਦੇ ਵਿੱਚ ਬ੍ਰੇਨ ਦੇ ਵਿੱਚ ਬੇਬੀ ਹੈ ਜੇ ਮਾਂ ਦੇ ਪੇਟ 'ਚ ਬੇਬੀ ਹੈ ਤਾਂ ਉਹਦੇ ਬ੍ਰੇਨ 'ਚ ਹੁੰਦਾ ਪਿਓ ਦੇ ਬਿਲਕੁਲ ਬਿਲਕੁਲ ਸੋ ਇਸ ਕਰਕੇ ਮਾਂ ਪਿਓ ਦੇ ਨਾਲ ਹੀ ਹੈ ਸਾਰਾ ਕੁਛ ਬਿਲਕੁਲ ਆਪਾਂ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਜੀ ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਜੀ ਖਾਸ ਕਰਕੇ ਜਿਹੜਾ ਅਸੀਂ ਮਦਰ ਡੇ ਆ ਇਸ ਨੂੰ ਤੁਸੀਂ ਖਾਸ ਬਣਾਇਆ ਆਪਣੇ ਤਜਰਬੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਔਰ ਤੁਹਾਡੇ ਗੀਤ ਵੀ ਸਾਨੂੰ ਸੁਣਨ ਨੂੰ ਮਿਲੇ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਔਰ ਆਸ ਕਰਦੇ ਕਿ ਆਉਣ ਵਾਲੇ ਸਮਾਂ ਦੇ ਵਿੱਚ ਫਿਰ ਤੁਹਾਨੂੰ ਸੱਦਾ ਦੇਵਾਂਗੇ ਤੁਹਾਡੇ ਕੁਝ ਨਵੇਂ ਜਿਹੜੇ ਪ੍ਰੋਜੈਕਟ ਆਉਣ ਵਾਲੇ ਨੇ ਜਾਂ ਆ ਗਏ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਜੀ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਐਡਮਿੰਟਨ ਸ਼ਹਿਰ ਦੀਆਂ ਜਾਣੀਆਂ ਪਹਿਚਾਣੀਆਂ ਸਿੰਗਰਸ ਹਰਮਨਦੀਪ ਕੌਰ ਅਤੇ ਨੇਹਾ ਬਤਰਾ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਮਦਰ ਡੇ ਸੈਲੀਬ੍ਰੇਟ ਕੀਤਾ ਮਾਂ ਦੇ ਰਿਸ਼ਤੇ ਦੀ ਮਹਾਨਤਾ ਅਤੇ ਪਵਿੱਤਰਤਾ ਦੀ ਗੱਲ ਕੀਤੀ ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਮੇਰੇ ਵੱਲੋਂ ਅਤੇ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਸਮੁੱਚੀ ਟੀਮ ਵੱਲੋਂ ਆਪ ਸਭਨਾਂ ਨੂੰ ਮਦਰ ਡੇ ਦੀਆਂ ਲੱਖ ਲੱਖ ਵਧਾਈਆਂ ਅਤੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਸਾਡੇ ਵੱਲੋਂ ਸਲਾਮ ਹੈ ਜੀ ਔਰ ਅਗਲੇ ਐਪੀਸੋਡਸ ਦੇ ਵਿੱਚ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ ਜੀ ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਇਜਾਜ਼ਤ ਧੰਨਵਾਦ